ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਮੇਰੇ ਚੈਨਲ ਮਨਦੀਪ ਕੁਕਿੰਗ ਵਿੱਚ ਸਵਾਗਤ ਹੈ। ਅੱਜ ਅਸੀਂ ਬਣਾਵਾਂਗੇ ਕੱਚੇ ਪਪੀਤੇ ਦੀ ਸਬਜ਼ੀ। ਚਲੋ ਬਣਾਉਣਾ ਸਟਾਰਟ ਕਰਦੇ ਹਾਂ। ਇਸ ਦੇ ਲਈ ਅਸੀਂ ਲਿਆ ਹੈ ਕੱਚਾ ਪਪੀਤਾ, ਇਹ ਕਿਲੋ ਤੋਂ ਥੋੜ੍ਹਾ ਜਿਹਾ ਉੱਤੇ ਹੋਣਾ। ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਕੇ ਕੱਟ ਲਵਾਂਗੇ ਅਤੇ ਨਾਲ ਹੀ ਤੁੜਕਾ ਤਿਆਰ ਕਰਾਂਗੇ। ਲਓ ਜੀ, ਕੱਚਾ ਪਪੀਤਾ ਅਸੀਂ ਕੱਟ ਲਿਆ ਆ। ਨਾਲ ਹੀ ਲੈ ਲਿਆ ਲਸਣ, ਅਦਰਕ ਅਤੇ ਪਿਆਜ਼। ਗੈਸ ਉੱਤੇ ਅਸੀਂ ਪੈਨ ਰੱਖ ਦਿੱਤਾ ਗਰਮ ਹੋਣ ਲਈ। ਹੁਣ ਅਸੀਂ ਪਾਵਾਂਗੇ ਆਇਲ। ਆਇਲ ਨੂੰ ਹੁਣ ਅਸੀਂ ਗਰਮ ਹੋਣ ਦੇਵਾਂਗੇ। ਆਇਲ ਸਾਡਾ ਹੋ ਗਿਆ ਗਰਮ। ਹੁਣ ਅਸੀਂ ਪਾ ਦਿੱਤਾ ਲਸਣ। ਲਸਣ ਨੂੰ ਚੰਗੀ ਤਰ੍ਹਾਂ ਭੁੰਨਾਂਗੇ। ਲਸਣ ਸਾਡਾ ਭੁੱਜ ਗਿਆ। ਹੁਣ ਅਸੀਂ ਪਾ ਦਿੱਤਾ ਅਦਰਕ ਅਤੇ ਨਾਲ ਹੀ ਪਾ ਦੇਵਾਂਗੇ ਪਿਆਜ਼। ਪਿਆਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ। ਮਸਾਲਾ, ਗਰਮ ਮਸਾਲਾ 10 ਚਮਚ ਅਤੇ ਲਾਲ ਮਿਰਚ 1/2 ਚਮਚ। ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਤੁੜਕੇ ਨੂੰ ਵੀ ਭੁੰਨ ਲਵਾਂਗੇ ਚੰਗੀ ਤਰ੍ਹਾਂ। ਪਾਤੀਆਂ ਹਰੀਆਂ ਮਿਰਚਾਂ, ਅਤੇ ਨਾਲ ਹੀ ਅਸੀਂ ਪਾ ਦੇਵਾਂਗੇ ਕੱਟਿਆ ਹੋਇਆ ਪਪੀਤਾ, ਕੱਚਾ ਪਪੀਤਾ। ਪਪੀਤੇ ਨੂੰ ਅਸੀਂ ਹੁਣ ਤੁੜਕੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਜੋ ਤੁੜਕਾ ਸਾਰੀ ਸਬਜ਼ੀ ਵਿੱਚ ਮਿਕਸ ਹੋ ਜਾਵੇ। ਢੱਕ ਕੇ ਪਕਾਵਾਂਗੇ ਅਤੇ ਵਿੱਚ ਵਿੱਚ ਚੈੱਕ ਵੀ ਕਰਾਂਗੇ। ਹਜੇ ਕੱਚੀ ਸਬਜ਼ੀ ਕੱਚੀ ਹੈ ਥੋੜ੍ਹੀ ਥੋੜ੍ਹੀ, ਅਤੇ ਅਸੀਂ ਇੱਕ ਵਾਰ ਫਿਰ ਢੱਕ ਕੇ ਪਕਾਵਾਂਗੇ 2-3 ਮਿੰਟ ਲਈ। ਇਹਦਾ ਸਵਾਦ ਬਿਲਕੁਲ ਕੱਦੂ ਦੀ ਸਬਜ਼ੀ ਵਰਗਾ ਹੁੰਦਾ। ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ
सबसक्राइब करो, ज़रूर ज़रूर सबसक्राइब करो। थोड़ा बहुत बहुत धन्यवाद।